ਚੰਗਿਆਈ ਤੇ ਬੁਰਾਈ ਤਾਂ ਇਨਸਾਨ ਦੇ ਕਰਮਾਂ ਵਿੱਚ ਹੁੰਦੀ ਹੈ। ਕੋਈ ਬਾਂਸ ਦਾ ਤੀਰ ਬਣਾ ਕੇ ਕਿਸੇ ਨੂੰ ਜ਼ਖਮੀ ਕਰ ਦਿੰਦਾ ਤੇ ਕੋਈ ਬਾਂਸ ਦੀ ਬੰਸਰੀ ਬਣਾ ਕੇ ਉਸ ਵਿੱਚ ਸੁਰ ਭਰ ਦਿੰਦਾ ਹੈ। ਘਰ ਤੋਂ ਛੋਟਾ ਦਰਵਾਜ਼ਾ ਹੁੰਦਾ ਹੈ, ਦਰਵਾਜ਼ੇ ਤੋਂ ਛੋਟਾ ਜਿੰਦਰਾ ਹੁੰਦਾ ਹੈ ਤੇ ਜਿੰਦਰੇ ਤੋਂ ਛੋਟੀ ਚਾਬੀ। ਪਰ ਸੋਚੋ ਕਿ ਇੱਕ ਛੋਟੀ ਜਿਹੀ ਚਾਬੀ ਤੋਂ ਪੂਰਾ ਘਰ ਖੁੱਲ੍ਹ ਜਾਂਦਾ ਹੈ। ਇਸੇ ਤਰ੍ਹਾਂ ਛੋਟੇ ਛੋਟੇ ਵਿਚਾਰ ਅਤੇ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਨਾਲ ਬਹੁਤ ਵੱਡਾ ਬਦਲਾਵ ਆ ਸਕਦਾ ਹੈ। ਜੀਵਨ ਵਿੱਚ ਕੁਝ ਚੰਗਾ ਕਰਨ ਲੱਗੇ ਇਹ ਸੋਚ ਕੇ ਕਦੇ ਨਾ ਰੁਕ ਜਾਣਾ ਕਿ ਮੇਰੇ ਇਕੱਲੇ ਦੇ ਕੁਝ ਕਰਨ ਨਾਲ ਭਲਾ ਕੀ ਹੋ ਜਾਵੇਗਾ। ਇੱਕ ਪਿੰਡ ਵਿੱਚ ਅੱਗ ਲੱਗ ਗਈ, ਸਾਰੇ ਲੋਕ ਅੱਗ ਬੁਝਾਉਣ ਵਿੱਚ ਲੱਗ ਗਏ। ਉੱਥੋਂ ਹੀ ਇੱਕ ਦਰਖਤ ਤੋਂ ਇੱਕ ਚਿੜੀ ਉੱਡੀ ਅਤੇ ਆਪਣੀ ਚੁੰਝ ਨਾਲ ਪਾਣੀ ਭਰ ਕੇ ਅੱਗ ਉੱਪਰ ਪਾਉਣ ਲੱਗੀ। ਉਹ ਵਾਰ ਵਾਰ ਚੁੰਝ ਨਾਲ ਪਾਣੀ ਭਰਦੀ ਅਤੇ ਵਾਰ ਵਾਰ ਅੱਗ 'ਤੇ ਪਾਉਂਦੀ। ਉਸੇ ਦਰਖਤ ਉੱਪਰ ਇੱਕ ਕਾਂ ਵੀ ਬੈਠਾ ਸੀ ਜੋ ਇਹ ਸਭ ਦੇਖ ਰਿਹਾ ਸੀ। ਉਹ ਹੱਸਿਆ ਅਤੇ ਚਿੜੀ ਨੂੰ ਬੋਲਿਆ, ਉਹ ਪਾਗਲ, ਤੂੰ ਕਿੰਨੀ ਵੀ ਕੋਸ਼ਿਸ਼ ਕਰ ਲੈ, ਕਿੰਨੀ ਵੀ ਮਿਹਨਤ ਕਰ ਲੈ, ਤੇਰੇ ਬੁਝਾਉਣ ਨਾਲ ਇਹ ਅੱਗ ਕਦੇ ਨਹੀਂ ਬੁਝੇਗੀ। ਤਾਂ ਉਹ ਚਿੜੀ ਬੋਲੀ, ਮੈਨੂੰ ਪਤਾ ਹੈ ਕਿ ਮੇਰੇ ਬੁਝਾਉਣ ਨਾਲ ਇਹ ਅੱਗ ਨਹੀਂ ਬੁਝੇਗੀ, ਪਰ ਜਦੋਂ ਵੀ ਇਸ ਅੱਗ ਨੂੰ ਬੁਝਾਉਣ ਦਾ ਜ਼ਿਕਰ ਹੋਵੇਗਾ ਤਾਂ ਮੇਰੀ ਗਿਣਤੀ ਬੁਝਾਉਣ ਵਾਲਿਆਂ ਵਿੱਚ ਅਤੇ ਤੇਰੀ ਗਿਣਤੀ ਤਮਾਸ਼ਾ ਦੇਖਣ ਵਾਲਿਆਂ ਵਿੱਚ ਹੋਵੇਗੀ। ਕੋਈ ਵੀ ਕੋਸ਼ਿਸ਼ ਕਦੇ ਵੀ ਵਿਅਰਥ ਨਹੀਂ ਜਾਂਦੀ ਹੁੰਦੀ। ਇੱਕ ਦੀਵਾ ਬੁਝੇ ਹੋਏ ਅਣਗਿਣਤ ਦੀਵਿਆਂ ਨੂੰ ਜਗਾ ਸਕਦਾ ਹੈ। ਜੀਵਨ ਦੀ ਤਪਸ਼ ਨੂੰ ਸਹਿਣ ਕਰਨਾ ਸਿੱਖੋ। ਉਹ ਪੌਦੇ ਅਕਸਰ ਮੁਰਝਾ ਜਾਂਦੇ ਨੇ ਜਿਨ੍ਹਾਂ ਦੀ ਪਰਵਰਿਸ਼ ਛਾਂ ਵਿੱਚ ਹੁੰਦੀ ਹੈ। ਸੱਚ ਆਪਣੇ ਲਈ ਰੱਖੋ, ਪ੍ਰੇਮ ਦੂਸਰਿਆਂ ਲਈ ਰੱਖੋ ਅਤੇ ਦਇਆ ਸਭ ਦੇ ਲਈ ਰੱਖੋ। ਇਹੀ ਜੀਵਨ ਦਾ ਵਿਆਕਰਨ ਹੈ। ਆਪਣੇ ਮਨ ਦੀਆਂ ਕਿਤਾਬਾਂ ਇਹੋ ਜਿਹੇ ਵਿਅਕਤੀ ਕੋਲ ਹੀ ਖੋਲ੍ਹੋ ਜੋ ਤੁਹਾਨੂੰ ਪੜ੍ਹਨ ਦੇ ਬਾਅਦ ਸਮਝ ਵੀ ਸਕੇ। ਦੋਸਤੀ ਜ਼ਰੂਰੀ ਹੈ, ਰਿਸ਼ਤੇ ਨਾਤੇ ਵੀ ਜ਼ਰੂਰੀ ਹੈ, ਪਰ ਜੀਵਨ ਦੇ ਔਖੇ ਹਾਲਾਤ ਇਹੀ ਦੱਸਦੇ ਨੇ ਕਿ ਇਕੱਲੇ ਰਹਿਣ ਦੀ ਕਲਾ ਦਾ ਆਉਣਾ ਵੀ ਬਹੁਤ ਜ਼ਰੂਰੀ ਹੈ। ਜਿਨ੍ਹਾਂ ਚਾਰ ਜਾਣਿਆਂ ਨਾਲ ਬੈਠ ਕੇ ਤੁਸੀਂ ਦੂਸਰਿਆਂ ਦੀ ਬੁਰਾਈ ਕਰਦੇ ਹੋ, ਨਿੰਦਿਆ ਕਰਦੇ ਹੋ, ਯਕੀਨ ਕਰਿਓ ਤੁਹਾਡੇ ਉੱਠਦੇ ਹੀ ਉਹ ਚਾਰ ਜਾਣੇ ਤੁਹਾਡੀ ਵੀ ਬੁਰਾਈ ਕਰਨਗੇ। ਜੇਕਰ ਅਸੀਂ ਕਿਸੇ ਦੀ ਨਿੰਦਿਆ ਨੂੰ ਦਿਲਚਸਪੀ ਨਾਲ ਸੁਣਦੇ ਹਾਂ ਤਾਂ ਅਸੀਂ ਸੁਣਾਉਣ ਵਾਲੇ ਨੂੰ ਉਤਸ਼ਾਹਿਤ ਕਰਦੇ ਹਾਂ। ਸੁਣਾਉਣ ਵਾਲੇ ਤੋਂ ਜ਼ਿਆਦਾ ਜ਼ਿੰਮੇਦਾਰੀ ਸੁਣਨ ਵਾਲੇ ਦੀ ਹੁੰਦੀ ਹੈ। ਸੁਣਨ ਵਾਲਾ ਸੁਣਨਾ ਹੀ ਬੰਦ ਕਰ ਦੇਵੇ ਤਾਂ ਸੁਣਾਉਣ ਵਾਲਾ ਕਿਸ ਨੂੰ ਸੁਣਾਵੇਗਾ। ਇਤਿਹਾਸ ਤੋਂ ਸਿੱਖਿਆ ਲਈ ਜਾਂਦੀ ਹੈ, ਪਰ ਫੈਸਲੇ ਮੌਜੂਦਾ ਹਾਲਾਤਾਂ ਨੂੰ ਦੇਖ ਕੇ ਹੀ ਲੈਣੇ ਪੈਂਦੇ ਨੇ। ਹਿਰਦੇ ਨਾਲ ਉਹ ਦਿੱਤਾ ਜਾ ਸਕਦਾ ਹੈ ਜੋ ਹੱਥ ਨਾਲ ਨਹੀਂ ਦਿੱਤਾ ਜਾ ਸਕਦਾ, ਅਤੇ ਮੌਨ ਨਾਲ ਉਹ ਕਿਹਾ ਜਾ ਸਕਦਾ ਹੈ ਜੋ ਸ਼ਬਦਾਂ ਨਾਲ ਨਹੀਂ ਕਿਹਾ ਜਾ ਸਕਦਾ। ਉਹ ਗਲਤੀਆਂ ਬਹੁਤ ਦਰਦ ਦਿੰਦੀਆਂ ਨੇ ਜਿਨ੍ਹਾਂ ਦੀ ਮੁਆਫ਼ੀ ਮੰਗਣ ਦਾ ਸਮਾਂ ਨਿਕਲ ਜਾਂਦਾ ਹੈ। ਇਨਸਾਨ ਭਾਵੇਂ ਕਿੰਨਾ ਵੀ ਖੁਸ਼ ਕਿਉਂ ਨਾ ਹੋ ਜਾਵੇ, ਪਰ ਜਦੋਂ ਇਕੱਲਾ ਹੁੰਦਾ ਹੈ ਤਾਂ ਉਹ ਸਿਰਫ ਉਸ ਇਨਸਾਨ ਨੂੰ ਯਾਦ ਕਰਦਾ ਹੈ ਜਿਸ ਨੂੰ ਉਹ ਦਿਲ ਤੋਂ ਪਿਆਰ ਕਰਦਾ ਹੈ। ਸਮਾਂ ਚੰਗਾ ਹੋਵੇ ਤਾਂ ਤੁਹਾਡੀ ਗਲਤੀ ਵੀ ਮਜ਼ਾਕ ਲੱਗਦੀ ਹੈ, ਅਤੇ ਜੇਕਰ ਸਮਾਂ ਖਰਾਬ ਹੋਵੇ ਤਾਂ ਤੁਹਾਡਾ ਮਜ਼ਾਕ ਵੀ ਗਲਤੀ ਬਣ ਜਾਂਦਾ ਹੈ। ਪਾਣੀ ਦੀ ਬੂੰਦ ਜਦੋਂ ਸਮੁੰਦਰ ਵਿੱਚ ਹੁੰਦੀ ਹੈ ਤਾਂ ਉਸਦੀ ਕੋਈ ਮੌਜੂਦਗੀ ਨਹੀਂ ਹੁੰਦੀ, ਪਰ ਜਦੋਂ ਉਹ ਬੂੰਦ ਪੱਤੇ ਉੱਪਰ ਹੁੰਦੀ ਹੈ ਤਾਂ ਮੋਤੀ ਦੀ ਤਰ੍ਹਾਂ ਚਮਕਦੀ ਹੈ। ਤੁਹਾਨੂੰ ਵੀ ਜੀਵਨ ਵਿੱਚ ਕੁਝ ਇਸ ਤਰ੍ਹਾਂ ਦਾ ਹੀ ਮੁਕਾਮ ਹਾਸਲ ਕਰਨਾ ਹੈ ਜਿੱਥੇ ਤੁਸੀਂ ਮੋਤੀ ਦੀ ਤਰ੍ਹਾਂ ਚਮਕੋ, ਕਿਉਂਕਿ ਭੀੜ ਤੁਹਾਡੀ ਪਹਿਚਾਣ ਦਬਾ ਦੇਵੇਗੀ।
ਉਹਨਾਂ ਯਾਦਾਂ ਨੂੰ ਸੰਭਾਲੋ ਜੋ ਅੱਖਾਂ ਵਿੱਚ ਚਮਕਦੀਆਂ ਨੇ, ਉਹਨਾਂ ਨੂੰ ਨਹੀਂ ਜੋ ਚਿਹਰੇ 'ਤੇ ਝੁਰੜੀਆਂ ਦਾ ਕਾਰਨ ਬਣ ਜਾਣ। ਆਪਣੇ ਸੁਭਾਅ ਨੂੰ ਜ਼ੀਰੋ ਦੀ ਤਰ੍ਹਾਂ ਬਣਾ ਕੇ ਰੱਖੋ। ਭਾਵੇਂ ਹੀ ਕੋਈ ਤੁਹਾਨੂੰ ਗਿਣਤੀ ਵਿੱਚ ਨਾ ਲਵੇ, ਪਰ ਫਿਰ ਤੁਸੀਂ ਜਿਸ ਦੇ ਨਾਲ ਵੀ ਖੜ ਜਾਵੋ ਉਸ ਦਾ ਮੁੱਲ ਵੱਧ ਜਾਵੇ। ਆਪਣੇ ਚਰਿੱਤਰ ਦਾ ਅਤੇ ਆਪਣੇ ਵਿਵਹਾਰ ਦਾ ਹਮੇਸ਼ਾ ਧਿਆਨ ਰੱਖੋ, ਕਿਉਂਕਿ ਇਹਨਾਂ ਦੀ ਉਮਰ ਤੁਹਾਡੀ ਉਮਰ ਤੋਂ ਕਿਤੇ ਜ਼ਿਆਦਾ ਹੁੰਦੀ ਹੈ। ਤੁਹਾਡੇ ਮਰਨ ਤੋਂ ਬਾਅਦ ਵੀ ਇਹ ਲੋਕਾਂ ਦੀਆਂ ਯਾਦਾਂ ਵਿੱਚ ਰਹਿੰਦੇ ਨੇ। ਕਿਸੇ ਦੀ ਉਨੀ ਕੁ ਹੀ ਕਦਰ ਕਰੋ ਜਿੰਨੀ ਕੁ ਉਹ ਤੁਹਾਡੀ ਕਰੇ। ਬੇਹਿਸਾਬ ਕਦਰ ਵੀ ਤੁਹਾਡਾ ਸਕੂਨ ਤਬਾਹ ਕਰ ਦੇਵੇਗੀ। ਜਦੋਂ ਜ਼ਿਆਦਾ ਹੱਸਣ ਅਤੇ ਬੋਲਣ ਵਾਲਾ ਇਨਸਾਨ ਚੁੱਪ ਹੋ ਜਾਵੇ ਤਾਂ ਸਮਝ ਲਿਓ ਕਿ ਉਹ ਅੰਦਰ ਤੋਂ ਟੁੱਟ ਗਿਆ ਹੈ। ਹੋਰ ਕਿੰਨਾ ਯਕੀਨ ਕਰੀਏ ਝੂਠੇ ਲੋਕਾਂ ਉੱਪਰ। ਇਹ ਦੁਨੀਆ ਦੇ ਲੋਕਾਂ ਨੇ ਆਪਣੇ ਅੰਦਰੋਂ ਦਿਲ ਹੀ ਕੱਢ ਲਿਆ ਹੈ। ਸਭ ਨੂੰ ਦਿਲਾਸੇ ਦੇਣ ਵਾਲੇ ਲੋਕ ਆਪਣੇ ਦੁੱਖਾਂ ਵਿੱਚ ਹਮੇਸ਼ਾ ਇਕੱਲੇ ਰਹਿ ਜਾਂਦੇ ਨੇ। ਇੱਕ ਦੂਸਰੇ ਲਈ ਜਿਉਣ ਦਾ ਨਾਮ ਹੀ ਜ਼ਿੰਦਗੀ ਹੈ। ਇਸ ਲਈ ਸਮਾਂ ਉਹਨਾਂ ਨੂੰ ਦਿਓ ਜੋ ਤੁਹਾਨੂੰ ਦਿਲ ਤੋਂ ਚਾਹੁੰਦੇ ਨੇ। ਚੁੱਪ ਰਹਿਣਾ ਹੀ ਚੰਗਾ ਹੈ ਜ਼ਮਾਨੇ ਦੇ ਹਿਸਾਬ ਨਾਲ, ਕਿਉਂਕਿ ਮੈਂ ਅਕਸਰ ਜ਼ਿਆਦਾ ਬੋਲਣ ਵਾਲਿਆਂ ਨੂੰ ਧੋਖਾ ਖਾਂਦੇ ਦੇਖਿਆ ਹੈ। ਜੋ ਸਾਰਿਆਂ ਦਾ ਹੋਣ ਦਾ ਦਾਅਵਾ ਅਤੇ ਦਿਖਾਵਾ ਕਰਦੇ ਹੋਣ, ਯਕੀਨ ਕਰਿਓ ਕਿ ਉਹ ਕਿਸੇ ਦੇ ਨਹੀਂ ਹੁੰਦੇ। ਕੁਝ ਲੋਕ ਦਿਲ ਅਤੇ ਦਿਮਾਗ ਤੋਂ ਇਸ ਕਦਰ ਨਿਕਲ ਜਾਂਦੇ ਨੇ ਕਿ ਉਹ ਫਿਰ ਨਫ਼ਰਤ ਦੇ ਕਾਬਲ ਵੀ ਨਹੀਂ ਰਹਿੰਦੇ। ਜੋ ਤੁਹਾਡੀ ਬੁਰਾਈ ਕਰੇ ਤਾਂ ਕਰਨ ਦਿਓ, ਕਿਉਂਕਿ ਇਹੋ ਜਿਹੀ ਛੋਟੀ ਹਰਕਤ ਛੋਟੀ ਸੋਚ ਵਾਲੇ ਲੋਕ ਹੀ ਕਰਦੇ ਨੇ। ਘੋੜੇ ਦੇ ਪਿੱਛੇ ਅਤੇ ਪੈਸੇ ਵਾਲਿਆਂ ਦੇ ਅੱਗੇ ਕਦੇ ਨਾ ਚੱਲੋ, ਕਿਉਂਕਿ ਉਹ ਕਦੇ ਵੀ ਲੱਤ ਮਾਰ ਸਕਦੇ ਨੇ। ਮੁਕਾਬਲਾ ਇਹੋ ਜਿਹਾ ਕਰੋ ਕਿ ਦੂਸਰਿਆਂ ਦੀ ਜਿੱਤ ਤੋਂ ਜ਼ਿਆਦਾ ਤੁਹਾਡੀ ਹਾਰ ਦੇ ਚਰਚੇ ਹੋਣ। ਕਦਰ ਕਰਨਾ ਸਿੱਖ ਲਓ, ਕਿਉਂਕਿ ਨਾ ਹੀ ਜ਼ਿੰਦਗੀ ਵਾਪਸ ਆਉਂਦੀ ਹੈ ਅਤੇ ਨਾ ਹੀ ਜ਼ਿੰਦਗੀ ਵਿੱਚੋਂ ਗਏ ਹੋਏ ਲੋਕ ਵਾਪਸ ਆਉਂਦੇ ਨੇ। ਅੱਜ ਦੇ ਜ਼ਮਾਨੇ ਵਿੱਚ ਖੁਸ਼ ਉਹੀ ਹੈ ਜੋ ਦੂਸਰਿਆਂ ਤੋਂ ਨਹੀਂ ਬਲਕਿ ਸਿਰਫ ਖੁਦ ਨਾਲ ਮਤਲਬ ਰੱਖਦਾ ਹੈ। ਜ਼ਿੰਦਗੀ ਨੇ ਇੱਕ ਗੱਲ ਸਿਖਾਈ ਹੈ ਕਿ ਜੋ ਤੁਹਾਡੇ ਨਾਲ ਗੱਲ ਕਰਨਾ ਬੰਦ ਕਰ ਦੇਵੇ ਤਾਂ ਉਹ ਦੂਸਰਿਆਂ ਨਾਲ ਤੁਹਾਡੇ ਬਾਰੇ ਗੱਲਾਂ ਕਰਨ ਲੱਗ ਜਾਂਦਾ ਹੈ। ਖੁੱਲ੍ਹ ਕੇ ਉੱਡਣ ਦਾ ਸ਼ੌਂਕ ਸਭ ਨੂੰ ਹੁੰਦਾ ਹੈ ਜ਼ਿੰਦਗੀ ਵਿੱਚ, ਪਰ ਜ਼ਿੰਮੇਦਾਰੀਆਂ ਦਾ ਬੋਝ ਜਕੜ ਕੇ ਰੱਖ ਦਿੰਦਾ ਹੈ। ਉਮਰ ਭਾਵੇਂ ਕੋਈ ਵੀ ਹੋਵੇ, ਜ਼ਿੰਦਗੀ ਰੋਜ਼ ਕੋਈ ਨਾ ਕੋਈ ਸਬਕ ਜ਼ਰੂਰ ਸਿਖਾਉਂਦੀ ਹੈ। ਜਦੋਂ ਇਨਸਾਨ ਇਕੱਲੇ ਚੱਲਣਾ ਸਿੱਖ ਜਾਂਦਾ ਹੈ ਤਾਂ ਫਿਰ ਕੋਈ ਉਸਦੇ ਨਾਲ ਹੋਵੇ ਜਾਂ ਨਾ ਹੋਵੇ ਕੋਈ ਫਰਕ ਨਹੀਂ ਪੈਂਦਾ। ਤੁਹਾਡਾ ਪਰਿਵਾਰ ਕਿੰਨਾ ਅਮੀਰ ਹੈ ਇਹ ਮਾਇਨੇ ਨਹੀਂ ਰੱਖਦਾ, ਬਲਕਿ ਤੁਹਾਡਾ ਪਰਿਵਾਰ ਕਿੰਨਾ ਖੁਸ਼ ਹੈ ਇਹ ਮਾਇਨੇ ਰੱਖਦਾ ਹੈ। ਜੀਵਨ ਦਾ ਉਹੀ ਰਿਸ਼ਤਾ ਸੱਚਾ ਹੈ ਜੋ ਤੁਹਾਡੀ ਪਿੱਠ ਪਿੱਛੇ ਵੀ ਤੁਹਾਨੂੰ ਸਤਿਕਾਰ ਦੇਵੇ। ਸੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਪੰਜਾਬੀ ਅਲਫਾਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ। ਆਪਣਾ ਖਿਆਲ ਰੱਖੋ। ਧੰਨਵਾਦ।